ਤੇ ਉਸ ਤੋਂ ਬਾਅਦ ਮਿੰਟੂ ਜੀ ਆਪਾਂ ਜਰਾ ਅੱਗੇ ਵੱਲ ਨੂੰ ਚੱਲ ਪਏ ਜੀ ਇੰਟਰਨੈਟ ਦਾ ਰੌਲਾ ਰੱਪਾ ਵੀ ਹੈ ਕੱਲ ਵੀ ਕਿਸੇ ਵੀਰ ਨੇ ਪੁੱਛਿਆ ਸੀ ਇਹ ਤੋਂ ਪਹਿਲਾਂ ਵੀ ਐਸੇ ਬਹੁਤ ਚਲਦਾ ਸੀ ਜਦੋਂ ਕੋਈ ਗੱਲ ਜਾਂ ਭਰਦੇ ਨਾ ਮੈਨੂੰ ਐਂ ਲੱਗਦਾ ਵੀ ਕਿਸੇ ਉਹ ਤਕਲੀਫ 'ਚ ਚਲੇ ਗਿਆ ਜੇ ਉਸ ਤੇ ਤਕਲੀਫ ਚ ਅੱਛਾ ਇੰਟਰਨੈਟ ਦੀ ਤਕਲੀਫ ਦੇ ਵਿੱਚ ਗੱਲ ਜਾਂ ਭਰ ਕੇ ਨਹੀਂ ਆ ਮਰ ਕੇ ਨਗਾਚ ਜਾ ਭਰ ਆਇਆ ਜੀ 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 ਤਾਂ ਇੰਟਰਨੈਟ ਦਾ ਹੀ ਮਿੰਟੂ ਜੀ ਰੌਲਾ ਰੱਪਾ ਖਾਸਾ ਚੱਲਦਾ ਪਿਆਗਾ ਕੋਈ ਕਹਿੰਦਾ ਕਿ ਕੇਂਦਰ ਵਾਲੇ ਬੰਦ ਕਰਦੇ ਪਏ ਆ ਕੋਈ ਕਹਿੰਦਾ ਪੰਜਾਬ ਸਰਕਾਰ ਵਾਲੇ ਬੰਦ ਕਰਦੇ ਪਏ ਆ ਪਰ ਸਮਝ ਨਹੀਂ ਆਉਂਦੀ ਬੰਦ ਕੌਣ ਕਰਦਾਗਾ ਲੋ ਇਹ ਸਰਕਾਰਾਂ ਦੇ ਕੋਲ ਸਭ ਤੋਂ ਸੌਖਾ ਉਪਰਾਲਾ ਇਹੋ ਹੀ ਆ ਕਿ ਇੰਟਰਨੈਟ ਬੰਦ ਕਰ ਦਿਓ ਬਸ ਜੀ ਕਿ ਉਹਦੇ ਨਾਲ ਹਿੰਸਾ ਰੁਕ ਜਾਂਦੀ ਆ ਹਿੰਸਾ ਕਰਨ ਵਾਲੇ ਨੋ ਦੇ ਵਿੱਚ ਕਰ ਜਾਂਦੇ ਆ ਹਲਦਵਾਨੀ ਚ ਕਰ ਜਾਂਦੇ ਆ ਮਸਜਿਦਾਂ ਤੋੜੀਆਂ ਜਾਂਦੀਆਂ ਬਥੇਰਾ ਕੁਛ ਕੀਤਾ ਜਾਂਦਾ ਕਿਉਂ ਲੋਕ ਮੈਸੇਜਾਂ ਤੇ ਚੱਲਦੇ ਆ ਸਮਝ ਨਹੀਂ ਆਉਂਦੀ ਜਿਨ੍ਹਾਂ ਨੇ ਕੰਮ ਕਰਨੇ ਆ ਜਦੋਂ ਇੰਟਰਨਰਨੈਟ ਨਹੀਂ ਸੀ ਭਾਰਤ ਦੇ ਵਿੱਚ ਦੰਗੇ ਨਹੀਂ ਸੀ 하게 ਤੁਸੀਂ 60ਵਾਂ ਚੱਕ ਲੋ 70ਵਾਂ ਚੱਕ ਲੋ 80ਵਾਂ ਚੱਕ ਲੋ 90ਵਾਂ ਚੱਕ ਲੋ 2000 ਵਾਲਾ ਦਾ ਹਾਕਾ ਚੱਕ ਲੋ 2010 ਤੋਂ 20 ਵਾਲਾ ਚੱਕ ਲੋ 20 ਤੋਂ 24 ਵਾਲਾ ਚੱਕ ਲੋ ਦੰਗੇ ਹੋਏ ਕਦੋਂ ਨਹੀਂ ਐ ਦੱਸੋ ਮੈਨੂੰ ਕੋਈ ਹਿਸਟਰੀ ਦਾ ਜਿਹੜਾ ਜਾਣੂ ਆ ਕੋਈ ਵੀ ਦੱਸ ਦੇ ਕਿ ਕਿਹੜੇ ਦਾ ਹਾਕੇ 'ਚ ਦੰਗੇ ਨਹੀਂ ਵੇਖੇ ਇਸ ਮੁਲਕ ਨੇ ਜੀ ਕਿਉਂਕਿ ਦੰਗੇ ਕਰਵਾਉਣ ਵਾਲੀ ਸਿਆਸਤ ਹੈ ਤਾਂ ਗੱਲ ਇਹ ਆ ਕਿ ਇੰਟਰਨੈਟ ਬੰਦ ਕਰ ਦੇਣਾ ਠੀਕ ਆ ਇੱਕ ਵੇਲੇ ਚਲੋ ਕੋਈ ਹੈਗਾ ਮਸਲਾ ਬਹੁਤ ਵੱਡਾ ਬਣ ਗਿਆ ਤੇ ਜ਼ਰੂਰੀ ਆ ਕਿ ਬਲਕ ਦੇ ਵਿੱਚ ਮੈਸੇਜਿੰਗ ਵਗੈਰਾ ਚਾ ਜੋ ਵੀ ਆ ਉਹ ਤੁਸੀਂ ਰੋਕਣੀ ਆ ਪਹਿਲੀ ਗੱਲ ਇਹ ਹੋਣਾ ਚਾਹੀਦਾ ਕਿ ਯਾਰ ਚਲੋ ਕੋਈ ਇਸ ਤਰ੍ਹਾਂ ਦਾ ਉਪਰਾਲਾ ਹੋਵੇ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਮੈਸੇਜਿੰਗ ਵਾਲੀਆਂ ਐਪਸ ਨੇ ਕਿ ਉਹਨਾਂ ਦੇ ਮੈਸੇਜ ਬੰਦ ਕਰ ਦੋ ਦੂਜੇ ਕੰਮ ਕਰਤੇ ਜਿਹੜੇ ਆ ਇੰਟਰਨੈਟ ਨਾਲ ਜੁੜੇ ਚਾਹੇ ਬੈਂਕਿੰਗ ਹੈ ਚਾਹੇ ਉਹ ਯੂਪੀਆਈ ਲੈਣ ਦੇਣਿਆ ਉਹ ਤੇ ਚੱਜ ਰਹੀ ਰਵੇ ਹਾਂਜੀ ਨਾਲ ਈ ਸਰਵਿਸਿਸ ਨੂੰ ਤੁਸੀਂ ਤਾਂ ਤਰਜੀਹ ਦੇਣਿਓ ਕਿ ਬਾਈ ਈ ਸਰਵਿਸਿਸ ਵਰਤੋ ਸਾਰੇ ਜਾਣੇ ਉਹ ਫਿਰ ਕਿਦਾਂ ਪੋਸੀਬਲ ਆ ਠੀਕ ਆ ਤੁਸੀਂ ਮੈਸੇਜਿੰਗ WhatsApp ਦੇ ਉਦਾਂ ਤੇ ਤੁਸੀਂ ਹਰੇਕ ਦੇ ਮੈਸੇਜ ਕੱਢ ਲੈਂਦੇ ਜੇ ਘਟੋ ਘਟ ਇਹ ਐਪਸ ਜਿਹੜੀਆਂ ਇਹਨਾਂ ਦੇ ਨਾਲ ਤੁਸੀਂ ਆਪ ਦਾ ਕੋਈ ਕੰਟਰੈਕਟ ਇਸ ਤਰ੍ਹਾਂ ਦਾ ਕਰੋ ਇਹਨਾਂ ਨੂੰ ਇਸ ਤਰ੍ਹਾਂ ਦੇ ਕਾਨੂੰਨ ਚ ਲੈ ਕੇ ਆਓ ਕਿ ਜਦੋਂ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਤੁਸੀਂ ਆਪਣੀ ਮੈਸੇਜਿੰਗ ਬੰਦ ਕਰ ਦਿਓਗੇ ਜੀ ਸਰਵਿਸ ਤੇ ਜਿਹੜੀ ਮੈਸੇਜਿੰਗ ਹੈ ਕਾਲਿੰਗ ਹੈ ਬੰਦ ਕਰ ਦਿਓ ਪਰ ਇੰਟਰਨੈਟ ਇਹ ਥੋੜੀ ਹੈ ਕਿ ਕਿਸੇ ਨੇ ਅਖਬਾਰ ਪੜਨਾ ਹੋਵੇ ਉਹਦਾ ਤੁਸੀਂ ਉਹਦੀ ਸਬਸਕ੍ਰਿਪਸ਼ਨ ਲਈ ਹੋਈ ਆ ਤੁਸੀਂ ਉਹਦਾ ਅਖਬਾਰ ਵੀ ਖਤਮ ਕਰਤਾ ਕਿਸੇ ਦਾ ਰੋਜ਼ਗਾਰ ਆਨਲਾਈਨ ਪੈਸੇ ਪਾਉਂਦਾ ਉਹਨੂੰ ਦੋ ਪੈਸੇ ਜੁੜਦੇ ਆ ਰਾਤ ਨੂੰ ਕੋਈ 500 700 ਕਮਾਉਂਦਾ ਤੁਸੀਂ ਉਹ ਵੀ ਖੋਲ ਹੈ ਲੱਛਣ ਤੁਹਾਡੇ ਇਸ ਤਰ੍ਹਾਂ ਦੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ 370 ਹਟਾਉਣ ਤੋਂ ਬਾਅਦ রেকর্ড ਤੋੜ ਸਮੇ ਵਾਸਤੇ ਤੁਸੀਂ ਇੰਟਰਨੈਟ ਬੰਦ ਕਰ ਦਿੱਤਾ ਦੁਨੀਆ 'ਚ ਸਭ ਤੋਂ ਜ਼ਿਆਦਾ ਇੰਟਰਨੈਟ ਸਾਡੇ ਇੱਥੇ ਬੰਦ ਕੀਤਾ ਜਾਂਦਾ ਹੈ ਜੀ ਦੁਨੀਆ ਭਰ 'ਚ ਤੇ ਇੰਟਰਨੈਟ ਬੰਦ ਹੋਣ ਦਾ ਆਪਣਾ ਇੱਕ ਆਰਥਿਕ ਨੁਕਸਾਨ ਆ ਕਿਉਂਕਿ ਅੱਜ ਕੱਲ੍ਹ ਅਰਥਚਾਰੇ ਦੇ ਵਿੱਚ ਇੰਟਰਨੈਟ ਨਾਲ ਬਹੁਤ ਤਾਣਾ ਬਣਾ ਜੁੜਿਆ ਹੁਣ ਆਈਏ ਆਪਣੇ ਪੰਜਾਬ 'ਚ ਇੱਥੇ ਇੱਕ 65 ਹੈ ਕਿ ਕੀ ਭਗਵੰਤ ਮਾਨ ਨੇ ਇੰਟਰਨੈਟ ਬੰਦ ਕੀਤਾ ਕੀ ਕੇਂਦਰ ਵਾਲਿਆਂ ਕੀਤਾ ਲੋਕ ਪੁੱਛਦੇ ਆ ਕਿ ਇਸ ਸੂਬੇ ਨੂੰ ਚਲਾ ਮੋਦੀ ਰਿਹਾ ਕਿ ਮਾਂ ਨਹੀਂ ਚਲਾ ਰਿਹਾ ਜਰ ਰਲ ਕੇ ਚਲਾਉਂਦੇ ਪਏ ਆ ਇਹ ਗਲਤ ਆ ਭਗਵੰਤ ਮਾਨ ਹੋਰਾਂ ਨੇ ਇੰਟਰਨੈਟ ਬੰਦ ਨਹੀਂ ਕੀਤਾ ਜੀ ਠੀਕ ਹੈ ਨਾ ਜੀ ਉਹਦੇ ਲਈ ਆ ਇੱਕ ਕਾਗਜ਼ ਆ ਤੁਸੀਂ ਆ ਦੇਖ ਸਕਦੇ ਹੋ ਵੈਸੇ ਬਹੁਤ ਸਾਰੇ মিডিਆ ਕਲੈਂਡ ਦੇ ਵਿੱਚ ਐਸਾ ਜੀ ਇਹ ਕੇਂਦਰ ਸਰਕਾਰ ਦਾ ਆਰਡਰ ਹੈ ਨੋਟੀਫਿਕੇਸ਼ਨ ਜੇ ਠੀਕ ਹੈ ਜੀ ਕੇਂਦਰ ਸਰਕਾਰ ਦਾ ਹੁਕਮ ਹੈ ਆ ਮਨਿਸਟਰੀ ਆਫ ਹੋਮ ਅਫੇਅਰਸ ਨਿਊ ਦਿੱਲੀ ਜੀ ਠੀਕ ਹੈ ਜੀ ਤੇ ਇਧਰੋਂ ਤਪਨ ਡੇਕਾ ਡਾਇਰੈਕਟਰ ਆਈਬੀ ਇਹ ਸਾਰਿਆਂ ਦੇ ਥੱਲੇ ਕਹਿ ਲੋ ਕਿ ਸਾਈਨ ਸੂਨ ਹੋਏ ਆ ਇਹਨਾਂ ਨੂੰ ਭੇਜਿਆ ਗਿਆ ਮਤਲਬ ਕਿ ਅਤੁਲ ਕੁਮਾਰ ਜਿਹੜੇ ਹੈਗੇ ਆ ਸ਼ਾਹੀ ਕਮਾਂਡੈਂਟ ਜਿਹੜੇ ਹੈਗੇ ਆ ਐਮਯੂ ਦੇ ਵਿੱਚ ਜੀ ਸੋ ਇਹ ਆਪਣੇ ਆਪ ਚ ਸਾਫ ਹੋ ਜਾਂਦਾ ਸਪਸ਼ਟ ਹੋ ਜਾਂਦਾ ਕਿ ਇਹਨਾਂ ਨੇ ਪੀਐਸ ਸ਼ਤਰਾਣਾ ਪੀਐਸ ਦਾ ਮਤਲਬ ਹੁੰਦਾ ਪੁਲਿਸ ਸਟੇਸ਼ਨ ਜੀ ਪੀਐਸ ਸ਼ਤਰਾਣਾ ਪੀਐਸ ਮਾਣਾ ਪੀਐਸ ਕਨੌਰ ਪੀਐਸ ਦੇਵੀਗੜ ਤੇ ਪੀਐਸ ਬਲਵੇੜਾ ਇਹ ਪਟਿਆਲਾ ਜਿਲ੍ਹੇ ਦੇ ਕੇਸ ਏਰੀਆ ਦਾ ਨੈਟ ਬੰਦ ਕਰ ਭਾਵੇਂ ਕਿ ਇਨ੍ਹਾਂ ਪੁਲਿਸ ਸਟੇਸ਼ਨਾਂ ਦੇ ਅੰਡਰ ਜਿਹੜਾ ਜਿਹੜਾ ਏਰੀਆ ਆਉਂਦਾ ਉਹ ਅਧਿਕਾਰ ਖੇਤਰ ਦੇ ਵਿੱਚ ਇੰਟਰਨੈਟ ਬੰਦ ਹਾਂਜੀ ਫਿਰ ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਹੈਗੇ ਆ ਜਾਂ ਪੁਲਿਸ ਸਟੇਸ਼ਨ ਕਹੋ ਸੋਰੀ ਪੀਐਸ ਖਨੋਰੀ ਪੀਐਸ ਮੂਨਕ ਪੀਐਸ ਲਹਿਰਾ ਪੀਐਸ ਸੁਨਾਮ ਪੀਐਸ ਸ਼ਾਜਲੀ ਇਹ ਸੰਗਰੂਰ ਦੇ ਆਗੇ ਤੇ ਪੀਐਸ ਫਤੇਗੜ ਸਾਹਿਬ ਯਾਨੀ ਫਤੇਗੜ ਸਾਹਿਬ ਦਾ ਇਹ ਏਰੀਆ ਜੀ ਇਹ ਜ਼ਿਆਦਾ ਨਹੀਂ ਹੈ ਤਾਂ ਇਹ ਤੇ ਸਾਫ ਹੈ ਕਿ ਕੇਂਦਰ ਸਰਕਾਰ ਨੇ ਅਜਿਹਾ ਕੀਤਾ ਜੀ ਹੁਣ ਗੱਲ ਇਹ ਸਾਫ ਕਰਨ ਦੀ ਆ ਕਿ ਭਾਈ ਕੀ ਇਸ ਤਰ੍ਹਾਂ ਹੋ ਸਕਦਾ ਕਿ ਇੱਕ ਸੂਬਾ ਜਿਹੜਾ ਲਾਅ ਐਂਡ ਆਰਡਰ ਆਪਣੇ ਕੋਲ ਰੱਖਦਾ ਹੈ ਸੰਵਿਧਾਨਕ ਸ਼ਕਤੀ ਦੇ ਤਹਿਤ ਤਾਂ ਕੀ ਕੇਂਦਰ ਆ ਕੇ ਇਸ ਤਰ੍ਹਾਂ ਕਰ ਸਕਦੀ ਹੈ ਤਾਂ ਇਹ ਵੀ ਇੱਕ ਫੈਕਟ ਹੈ ਕਿ ਉਹ ਕਰ ਸਕਦੇ ਆ ਉਹਦੇ ਲਈ ਇੱਕ ਆ ਦੂਸਰਾ ਕਾਗੇ ਚੁੱਕ ਲੈਨੇ ਆ ਮੈਂ ਉਹ ਕੱਢ ਕੇ ਲਿਆ ਠੀਕ ਹੈ ਜੀ ਤੁਹਾਡੀ ਜਾਣਕਾਰੀ ਵਾਸਤੇ ਜੀ ਜੀ ਦਿਓ ਜਾਣਕਾਰੀ ਜੀ ਕਿਉਂਕਿ ਸਵੇਰ ਤੱਕ ਮੈਨੂੰ ਵੀ ਨਹੀਂ ਸੀ ਪਤਾ ਇੱਕ ਟਾਕ ਸ਼ੋਅ ਦੇ ਵਿੱਚ ਅਸੀਂ ਗਏ ਸੀ ਕਿਤੇ ਉੱਥੇ ਵੀ ਸਵਾਲ ਹੋਇਆ ਸੀਗਾ ਤੇ ਮੈਂ ਕਿਹਾ ਯਾਰ ਇਹ ਗਲਤ ਹੈ ਚਲੋ ਪੰਜਾਬ ਸਰਕਾਰ ਨੂੰ ਇਨਫੋਰਮ ਤੇ ਕਰਨਾ ਚਾਹੀਦਾ ਪਰ ਉਹਨਾਂ ਨੇ ਇਨਫੋਰਮ ਕਰ ਦਿੱਤਾ ਆਈਬੀ ਦੇ ਥਰੂ ਕਿ ਐਨਾ ਐਨਾ ਥਾਣਿਆਂ ਦੇ ਵਿੱਚ ਕਿਉਂਕਿ ਆਈਬੀ ਨਹੀਂ ਹੀ ਭੇਜਿਆ ਹੋਏਗਾ ਨਾ ਇਹਨਾਂ ਨੂੰ ਹਾਂਜੀ ਕਿ ਬੰਦ ਕਰੋ ਆ ਹੁਣ ਕਿਹੜੀ ਤਾਕਤ ਨਾਲ ਭੇਜਿਆ ਉਹ ਆਪਾਂ ਇਹਦੇ 'ਚ ਦੇਖ ਲੈਨੇ ਕਿ ਕਿਸ ਤਰ੍ਹਾਂ ਡਿਫਾਈਨ ਕੀਤਾ ਗਿਆ ਕਿਸ ਤਰ੍ਹਾਂ ਦੀ ਵਿਆਖਿਆ ਹੈ ਜੀ ਦੇਖੋ ਇੱਥੇ ਨਾ ਇੱਕ ਇਹਨਾਂ ਨੇ ਲਿਆਂਦਾ ਸੀਗਾ ਕਾਨੂੰਨ ਦਾ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਮ ਸਰਵਿਸਿਜ਼ ਪਬਲਿਕ ਐਮਰਜੈਂਸੀ ਔਰ ਪਬਲਿਕ ਸੇਫਟੀ ਰੂਲਸ 2017 ਅੱਛਾ ਜੀ ਠੀਕ ਹੈ ਜੀ 2017 'ਚ ਆਏ ਇਹਦੇ ਲਈ ਜੋ ਮਤਲਬ ਕਿ ਵਿਆਖਿਆ ਹੈ ਕਿ ਇਸ ਦੇ ਤਹਿਤ ਕੋਈ ਵੀ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਇੰਟਰਨੈਟ ਬੰਦ ਕਰ ਸਕਦੀ ਹੈ ਠੀਕ ਹੈ ਜੀ ਪਰ ਇਹਦੇ ਨਾਲ ਕੇਂਦਰ ਸਰਕਾਰ ਵੀ ਇਸੇ ਹੀ ਸ਼ਕਤੀ ਦੀ ਵਰਤੋਂ ਕਰਕੇ ਕਿਤੇ ਵੀ ਇੰਟਰਨੈਟ ਇੰਡੀਆ ਚ ਬੰਦ ਕਰ ਸਕਦੀ ਹੈ ਜੀ ਯਾਨੀ ਇਹ ਜਿਹੜਾ ਹੈਗਾ ਮੈਂ ਦੁਬਾਰਾ ਬੋਲ ਦੇਣਾ ਦਾ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਮ ਸਰਵਿਸਿਜ਼ ਪਬਲਿਕ ਐਮਰਜੈਂਸੀ ਔਰ ਪਬਲਿਕ ਸੇਫਟੀ ਰੂਲਸ 2017 ਇਹ ਦੋਵਾਂ ਨੂੰ ਇੰਪਾਵਰ ਕਰਦਾ ਹੈ ਕਿ ਤੁਸੀਂ ਕਿਸੇ ਵੇਲੇ ਵੀ ਸ਼ਟਡਾਊਨ ਕਰ ਸਕਦੇ ਹੋ ਇਸ ਤੋਂ ਅਗਲੀ ਗੱਲ ਜਿਹੜੀ ਮੇਰੇ ਵਾਸਤੇ ਬੜੀ ਹੈਰਾਨਗੀ ਵਾਲੀ ਸੀਗੀ ਉਹ ਇਹ ਆ ਕਿ ਇੱਥੇ ਇੱਕ ਚੀਜ਼ ਹੋਰ ਹੈ ਉਹਦੇ ਵਿੱਚ ਇਹ ਆ ਕਿ ਜਿਹੜੇ ਡਿਸਟ੍ਰਿਕਟ ਮੈਜਿਸਟਰੇਟ ਡੀਐਮ ਜਾਨੀ ਡੀਸੀ ਆਪਾਂ ਜਿਹਨਾਂ ਨੂੰ ਇੱਥੇ ਕਹਿੰਦੇ ਆ ਜਾਂ ਸਬਡਿਵੀਜ਼ਨਲ ਮੈਜਿਸਟਰੇਟ ਜਿਹੜੇ ਐਸਡੀਐਮ ਹੁੰਦੇ ਆ ਇਹ ਸੀਆਰਪੀਸੀ 1973 ਸੈਕਸ਼ਨ 2144 144 ਦੇ ਤਹਿਤ ਸੇਵਾਵਾਂ ਨੂੰ ਬੰਦ ਕਰ ਸਕਦੇ ਆ ਉਹਦੇ ਲਈ ਦਾ ਇੰਡੀਅਨ ਟੈਲੀਗ੍ਰਾਫ ਐਕਟ 1885 ਸੈਕਸ਼ਨ 5 ਉਪਬੰਧ 2 ਦੇ ਅਨੁਸਾਰ ਕੇਂਦਰ ਤੇ ਰਾਜ ਸਰਕਾਰ ਪਬਲਿਕ ਐਮਰਜੈਂਸੀ ਜਾਂ ਫਿਰ ਪਬਲਿਕ ਦੀ ਸੇਫਟੀ ਵਾਸਤੇ ਜਾਂ ਦੇਸ਼ ਦੀ ਯੂਨਿਟੀ ਵਾਸਤੇ ਜਾਂ ਸੋਵਰਨਿਟੀ ਵਾਸਤੇ ਕਦੇ ਵੀ ਇਹ ਬੰਦ ਕਰ ਸਕਦੇ ਆ ਸਾਫ ਹੋ ਗਿਆ ਮਾਮਲਾ ਹੀ ਆ ਪਾਣੀ ਏਰਕਾ ਹੋ ਗਿਆ ਦੇਖੋ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਸਾਡੇ ਪੈਂਦੀ ਸਾਨੂੰ ਉਹਦੀ ਪਤਾ ਲੱਗਦਾ ਆਦਰਵਾਇਜ਼ ਬਹੁਤੇ ਲੋਕਾਂ ਨੂੰ ਉਸ ਵੇਲੇ ਜਾਣਕਾਰੀ ਨਹੀਂ ਉਹਨਾਂ ਕਿ ਇੰਟਰਨੈਟ ਬੰਦ ਹੋਣ ਦੇ ਲਈ ਆ ਕਾਨੂੰਨ ਹੈ ਜਿਹੜਾ ਸਰਕਾਰ ਲੈ ਕੇ ਆਈ ਹੈ ਜੀ ਦੇਖੋ ਗੱਲ ਇਹ ਆ ਕਿ ਹੁਣ ਆਪਾਂ ਤਾਂ ਕੋਈ ਲਾ ਦੇ ਕੋਈ ਐਕਸਪਰਟ ਥੋੜੀ ਹੈ ਜੀ ਅਸੀਂ ਤੇ ਇਸ ਪੇਸ਼ੇ 'ਚੋਂ ਚਲੋ ਫੇਰ ਵੀ ਅਸੀਂ ਕਹਿੰਦੇ ਆ ਕਿ ਨਵੀਂ ਤੋਂ ਨਵੀਂ ਚੀਜ਼ ਅਸੀਂ ਸਿੱਖੀਏ ਤੇ ਉਹਨੂੰ ਗਾਂਹ ਪ੍ਰੋਵਾਈਡ ਕਰੀਏ ਜੀ ਸਾਰੇ ਬੰਦੇ ਹੁਣ ਨਹੀਂ ਨਾ ਸਾਰਾ ਕੁਝ ਸਮਝ ਸਕਦੇ ਮਾਨ ਸਾਹਿਬ ਜੀ ਜੀ ਸਾਰੀ ਜ਼ਿੰਦਗੀ ਚ ਤੁਸੀਂ ਵੀ ਪਰਫੈਕਟ ਨਹੀਂ ਹੋ ਸਕਣਾ ਨਹੀਂ ਹੋ ਸਕਦੇ ਜੀ ਤਾਂ ਗੱਲ ਇਹ ਹੈ ਕਿ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਜਿਸ ਮੌਕੇ ਤੇ ਜਿਸ ਤਰ੍ਹਾਂ ਦੇ ਹਾਲਾਤ ਹੋਣ ਆਪਾਂ ਨੂੰ ਜਾਣਕਾਰੀ ਉਹਦੇ ਮੁਤਾਬਕ ਤੇ ਘਟੂ ਘਟ ਹੋਣੀ ਚਾਹੀਦੀ ਆ ਨਾ ਜੀ ਤਾਂ ਇਹ ਤਸਵੀਰ ਸਾਫ਼ ਹੈ ਕਿ ਇਹਨਾਂ ਦੇ ਕੋਲ ਇੰਟਰਨੈਟ ਸ਼ਟਡਾਊਨ ਕਰਨ ਦੀ ਤਾਕਤ ਹੈਗੀ ਆ ਤੇ ਇਹ ਤਾਕਤ ਹੋਰ ਵੀ ਵੱਧ ਗਈ ਆ ਕਿਉਂਕਿ ਜਿਹੜਾ ਨਵਾਂ ਟੈਲੀਕਮ ਐਕਟ ਲੈ ਕੇ ਆਇਆ ਉਹਦੇ ਵਿੱਚ ਤੇ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਮਤਲਬ ਕਿ ਟੇਕਓਵਰ ਕਰ ਸਕਦੇ ਜਦੋਂ ਇਹਨਾਂ ਦਾ ਜ਼ਿਕਰ ਇਹ ਸਾਰਾ ਕੁਝ ਮਤਲਬ ਕਿ ਉਹੀ ਰਹੇਗਾ ਦੇਸ਼ ਦੀ ਸੋਵਰਨਿਟੀ ਦਾ ਮਸਲਾ ਹੈ ਯੂਨਿਟੀ ਦਾ ਮਸਲਾ ਹੈ ਜਾਂ ਕੁਝ ਵੀ ਹੈ ਤਾਂ ਇਹ ਕਰ ਸਕਦੇ ਆ ਜੀ 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 ਤਾਂ ਇਧਰਲੇ ਪਾਸੇ ਤੋਂ ਮਨੂ ਜੀ ਇਹ ਕਹਿੰਦੇ ਯੂਰਪ ਦੇ ਵਿੱਚ ਜਿੰਨੇ ਦਿਨ ਇੰਟਰਨੈਟ ਬੰਦ ਹੁੰਦਾ ਉਨੇ ਦਿਨ ਕਹਿੰਦੇ ਕਿ ਭਾਈ ਕੰਪਨੀਆਂਾਂ ਜਿਹੜੀਆਂ ਨੇ ਉਹ ਅੱਗੇ ਦੇਣਾ ਜਿਹੜੇ ਉਹ ਦਿੱਤੇ ਜਾਂਦੇ ਆ ਜੀ ਉਨੇ ਜਾਰਾ ਦਿਨ ਦਿੱਤੇ ਜਾਂਦੇ ਆ ਭਾਈ ਚਲੋ ਕੋਈ ਗੱਲ ਨਹੀਂ ਉੱਥੇ ਸਾਡੇ ਵਾਲੇ ਪਾਸੇ ਵੀ ਇਹਦੇ ਵਿੱਚ ਗਾਹਕ ਦਾ ਖਿਆਲ ਰੱਖਣਾ ਚਾਹੀਦਾ ਪਰ ਅਸੀਂ ਲੱਗਦਾ ਜਿਹੜਾ ਉਪਭੋਗਤਾ ਫੋਰਮ ਉੱਥੇ ਜਾ ਸਕਦੇ ਆ ਜੇ ਕੋਈ ਚਾਣਾ ਜਾਣਾ ਚਾਹਵੇ ਤਾਂ ਨਾ ਮਿੰਟੂ ਜੀ ਮੇਰੇ ਖਿਆਲ ਨਾਲ ਨਹੀਂ ਦੇਖੋ ਇਹਦੇ ਵਿੱਚ ਮੈਨੂੰ ਨਹੀਂ ਪਤਾ ਮੈਂ ਅਧੂਰੀ ਜਾਣਕਾਰੀ ਵਾਲੀ ਕੋਈ ਗੱਲ ਨਹੀਂ ਕਰਾਂਗਾ ਪਰ ਮੈਨੂੰ ਲੱਗਦਾ ਜੇ ਸਰਕਾਰ ਨੇ ਇਹ ਸਭ ਕੁਝ ਕੀਤਾ ਤਾਂ ਉਹਦੇ ਵਿੱਚ ਕੰਜ਼ਿਊਮਰ ਫੋਰਮ ਜਿਹੜੀ ਆ ਉਹ ਕਿਸ ਤਰ੍ਹਾਂ ਕੋਈ ਫੈਸਲਾ ਲੈ ਸਕਦੀ ਹੈ ਜੀ ਜਾਂ ਤਾਂ ਉਹਦੇ 'ਚ ਅੱਡ ਤੋਂ ਜਿਹੜਾ ਇਹ ਐਕਟ ਹੈ 2017 ਵਾਲੇ ਜਿਹੜੇ ਰੂਲਸ ਨੇ ਇਹਨਾਂ ਦੇ ਜਾਂ ਤਾਂ ਉਹਦੇ 'ਚ ਕੋਈ ਪ੍ਰਬੰਧ ਹੋਵੇ ਜੇ ਉਹਦੇ 'ਚ ਇਸ ਤਰ੍ਹਾਂ ਦਾ ਕੁਝ ਹੈ ਹੀ ਨਹੀਂ ਕਿ ਅਸੀਂ ਜਵਾਬ ਦੇ ਹੀ ਨਹੀਂ ਆ ਤੇ ਫਿਰ ਮੇਰੇ ਖਿਆਲ ਦੇ ਨਾਲ ਗਾਹਕ ਦੇ ਇੰਟਰਸਟ ਨੂੰ ਕਿਤੇ ਨਾ ਕਿਤੇ ਸੁਰੱਖਿਅਤ ਤੇ ਕਰਨਾ ਚਾਹੀਦਾ ਜੇ ਐਕਟ ਦੇ ਵਿੱਚ ਨਹੀਂ ਹੈ ਜੀ ਤਾਂ ਫਿਰ ਨਵੇਂ ਸਿਰੇ ਤੋਂ ਕੋਟ ਹੈ ਜਿਹੜਾ ਉਹ ਬਣਵਾ ਸਕਦਾ ਜੀ ਕਿ ਭਾਈ ਇਸ ਤਰ੍ਹਾਂ ਦੀ ਗਾਈਡਲਾਈਨ ਵੀ ਜ਼ਰੂਰ ਬਣਾਓ ਜੀ ਕਿ ਜਿੰਨੇ ਦਿਨ ਗਾਹਕ ਆਪਣੀ ਸੇਵਾ ਜਿਹੜੀ ਹੈ ਉਹ ਗਵਾ ਲੈਂਦਾ ਉਹਨੇ ਦਿਨ ਉਹਨੂੰ ਵਾਫਰ ਦਿਓ ਵਾਧੂ ਦਿਓ ਜੀ ਤੇ ਇੱਥੇ ਤੇ ਕਮਾਲ ਦੀ ਗੱਲ ਹੈ ਕਿ ਪਹਿਲਾਂ 30 ਦਿਨ ਦਿੰਦੇ ਹੁੰਦੇ ਸਨ ਹੁਣ ਤਾਂ ਦਿਨ ਹੀ 28 ਹੀ ਦਿੰਦੇ ਨੇ ਪੈਸੇ ਮਹੀਨੇ ਦੇ ਲਿੱਕੀਆਂ ਤੇ ਵੀ ਆ ਗਿਆ ਕੰਮ ਹੁੰਦਾ ਵਿੱਚ ਪਤਾ ਨਹੀਂ ਕਿ ਮੈਨੂੰ ਕਿਉਂ ਕਿਦਾ ਤਾਂ ਨਹੀਂ ਪਤਾ ਪਰ ਆਮ ਜਿਹੜਾ ਅਸੀਂ ਮੈਂਤ ਮਹੀਨੇ ਵਾਲਾ ਹੀ ਵਰਤਦਾ ਤੇ ਉਹਦੇ ਚੋਂ 28 ਦਿਨ ਬਾਅਦ ਫੇਰ ਉਹ ਬੀਬੀ ਜੀ ਬੋਲਾ ਲੱਗ ਪੈਂਦੇ ਆ ਦੋ ਤਿੰਨ ਦਿਨ ਪਹਿਲਾਂ ਹੀ ਕਿ ਆਪ ਦਾ ਰੀਚਾਰਜ ਖਤਮ ਹੋਣੇ ਵਾਲਾ ਤਿੰਨ ਦਿਨ ਪਹਿਲਾਂ ਹੀ ਫਿਕਰ ਪਾ ਦਿੰਦੀ ਆ ਬੰਦੇ ਦਾ ਫੋਨ ਕਰਨ ਲੱਗਿਆ ਬੰਦਾ ਹਰੇਕ ਵੇਲੇ ਖਰੀਦਦਾਰ ਬੰਦੇ ਬਹੁਤ ਕੁਝ ਸੋਚਦਾ ਏ